ਪੂਰੇ ਜਗ ਵਿੱਚ ਵਸਦੇ ਹੋਏ ਪੰਜਾਬੀ ਪਿਆਰਿਓ ਇਸ਼ਾਨ ਬਾਜਵਾ ਜੱਟ ਕਬੀਲਿਆਂ ਵਿੱਚੋਂ ਤਤਲਾ ਕਬੀਲੇ ਦੀ ਅੱਜ ਤਾਰੀਖ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ ਬਾਪਾ ਬਾਜਵਾ ਚੈਨਲ ਨੂੰ ਅਗਰ ਸਬਸਕ੍ਰਾਈਬ ਨਹੀਂ ਕੀਤਾ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਨੂੰ ਵੀ ਕਲਿੱਕ ਕਰ ਦਿਆ ਕਰੋ ਤਾਂ ਕਿ ਨੋਟੀਫਿਕੇਸ਼ਨ ਨਵੀਂ ਵੀਡੀਓ ਦਾ ਤੁਹਾਡੇ ਕੋਲ ਆ ਜਾਏ ਤੇ ਵੀਡੀਓ ਚੰਗੀ ਲੱਗੇ ਤੇ ਪਸੰਦ ਕਰੋ ਲਾਈਕ ਕਰੋ ਤੇ ਸ਼ੇਅਰ ਵੀ ਸੱਜਣਾ ਮਿੱਤਰਾਂ 'ਚ ਜ਼ਰੂਰ ਕਰੋ ਤਤਲਾ ਜੱਟਾਂ ਦੇ ਬਾਰੇ ਚ ਅੱਜ ਅਸੀਂ ਤੁਹਾਡੇ ਨਾਲ ਗੱਲ ਕਰਨਿਆ ਕਿ ਜੱਟਾਂ ਦਾ ਇਹ ਬੜਾ ਅਤਿ ਪ੍ਰਾਣਾ ਕਬੀਲਾ ਹੈ ਤੇ ਜਿਹਦੀਆਂ ਜਣਾ ਹਜ਼ਾਰਾਂ ਸਾਲ ਪਿੱਛੇ ਤਿੱਕਰ ਜਾਂਦੀਆਂ ਨੇ ਜਦੋਂ ਅਸੀਂ ਵੱਖ-ਵੱਖ ਤਜ਼ਕਿਰਿਆਂ 'ਚ ਵੇਖਨੇ ਆ ਤੇ ਬਹੁਤ ਥੋੜਿਆਂ ਤਜ਼ਕਿਰਿਆਂ ਦੇ ਵਿੱਚ ਇਹਦਾ ਜ਼ਿਕਰ ਸਾਨੂੰ ਲੱਭਦਾ ਤੇ ਗਲੈਸਰੀ ਆਫ ਟ੍ਰਾਈਬਸ ਦੇ ਵਿੱਚ ਤਤਲਾ ਜੱਟ ਕਬੀਲਾ ਬਾਰੇ ਜਾਣਕਾਰੀ ਦਿੱਤੀ ਗਈ ਹੈ ਉਹ ਦੋ ਹਿੱਸਿਆਂ 'ਚ ਜਾਣਕਾਰੀ ਵੰਡੀ ਹੋਈ ਹੈ ਪਹਿਲੀ ਜਾਣਕਾਰੀ ਮੁਜਬ ਤਤਲਾ ਦੇ ਸਰਨਾਮੇ ਹੇਠ ਅੱਧ ਛਤਰੀ ਜਾਣਕਾਰੀ ਦਿੱਤੀ ਗਈ ਹੈ ਉਹਦੇ ਵਿੱਚ ਲਿਖਿਆ ਹੋਇਆ ਮਿਲਦਾ ਹੈ ਕਿ ਅੰਮ੍ਰਿਤਸਰ ਵਿੱਚ ਰਹਿਣ ਵਾਲਾ ਜ਼ਰਾਇਦ ਪੇਸ਼ਾ ਜੱਟ ਕਬੀਲਚਾ ਯਾਨੀ ਨਿੱਕਾ ਕਬੀਲਾ ਇਸ ਜਾਣਕਾਰੀ ਵਿੱਚ ਤਤਲਾ ਜੱਟ ਕਬੀਲੇ ਨੂੰ ਕਬੀਲਚਾ ਆਖਿਆ ਗਿਆ ਤੇ ਦੱਸਿਆ ਗਿਆ ਪਈ ਤਤਲਾ ਜੱਟ ਅਮਰਤ ਸਰਦਾ ਇੱਕ ਨਿੱਕਾ ਜਿਹਾ ਕਬੀਲ ਚਾ ਯਾਨੀ ਨਿੱਕਾ ਕਬੀਲਾ ਹੈ ਅਤੇ ਇਸੇ ਤਕਰੀਰ ਵਿੱਚ ਅੱਗੇ ਤਤਲੀ ਤਤਲੀ ਦੇ ਸਰਨਾਮੇ ਹੇਠ ਉਹ ਦੱਸਿਆ ਗਿਆ ਭਈ ਉਹਦੇ ਚ ਦੋ ਸਤਨਾਂ ਚ ਲਿਖਿਆ ਕਿ ਤਤਲਾ ਜੱਟ ਕਬੀਲਾ ਬਾਰੇ ਸਿਆਲਕੋਟ ਵਿੱਚ ਜੱਟਾਂ ਦਾ ਇੱਕ ਕਬੀਲਾ ਏ ਹਜਵਾਰ ਰਾਜਪੂਤ ਦੇ 22 ਪੁੱਤਰਾਂ ਵਿੱਚੋਂ ਇੱਕ ਪੁੱਤਰ ਤਤਲਾ ਦੀ ਔਲਾਦ ਹੋਣ ਦੇ ਦਾਵੇਦਾਰ ਨੇ ਅੱਗੇ ਲਿਖਿਆ ਹੋਇਆ ਹੈ ਕਿ ਉਹ ਫਿਰੋਜ਼ ਸ਼ਾਹ ਦੇ ਜ਼ਮਾਨੇ ਵਿੱਚ ਸਿਆਲਕੋਟ ਦੇ ਪਰਗਨਾ ਨਾਰੋਵਾਲ ਵਿੱਚ ਆਣ ਕੇ ਵਸ ਗਏ ਸਨ ਤੇ ਇੱਥੇ ਹੀ ਉਹਨਾਂ ਨੇ ਵਾਸ ਕਰ ਲਿਆ ਸੀ। ਜ਼ਿਲੀ ਗਜ਼ਟਿਅਰ ਸਿਆਲਕੋਟ 1921 ਵਿੱਚ ਤਤਲਾ ਜਟ ਕਬੀਲੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਇੰਜੀ ਪੰਜਾਬ ਕਾਸਟਸ ਵਿੱਚ ਡੈਂਜ਼ਲੀ ਬਸਟਨਰ ਆਮੀ ਆਪਣੀ ਕਿਤਾਬ ਵਿੱਚ ਤਤਲਾ ਜਟ ਕਬੀਲੇ ਦਾ ਕਿਤੇ ਕੋਈ ਜ਼ਿਕਰ ਨਹੀਂ ਕੀਤਾ। ਇੰਡੀ ਹੋਰ ਕਿਸੇ ਇਤਿਹਾਸਿਕ ਕਿਤਾਬ ਚ ਵੀ ਤਤਲਾ ਜੱਟ ਬਾਰੇ ਕੋਈ ਜਾਣਕਾਰੀ ਨਹੀਂ ਲੱਭਦੀ। ਸਰਦਮੀਨੇ ਨਾਰੋਵਾਲ ਵਿੱਚ হাজী ਮੁਹੰਮਦ ਜ਼ਿਆਦ ਤਤਲਾ ਹਰਾਂ ਤਤਲਾ ਕਬੀਲੇ ਬਾਰੇ ਜੋ ਜਾਣਕਾਰੀ ਸਾਂਝੀ ਕੀਤੀ ਏ ਉਸ ਜਾਣਕਾਰੀ ਨੂੰ ਪੜਿਆਂ ਹਾਸਾ ਵੀ ਆ ਜਾਂਦਾ ਪਰ ਤਤਲਾ ਜੱਟ ਕਬੀਲਾ ਦੀ ਇਹ ਤਾਰੀਖ ਇੱਕ ਤਤਲਾ ਜੱਟ ਨੇ ਲਿਖੀ ਹੋਈ ਹੈ ਏਸ ਲਈ ਇਸ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੈ। ਮਮਨ ਜ਼ਿਆ ਤਤਲਾ ਲਿਖਦੇ ਨੇ ਕਿ 1860 ਈਸਵੀ ਜ਼ਿਲ੍ਹਾ ਅਮਰitsar ਤਹਿਸੀਲ ਰਈਆ ਖਾਸ ਤੌਰ ਸ਼ਿਜਰਾ ਨਸਬ ਦੇ ਮੁਤਾਬਕ ਬੜੀ ਖੋਜ ਤੇ ਮਗਦ ਖਪਾਨ ਮਗਰੋਂ ਇਸ ਸਿੱਟੇ ਤੇ ਆਪਣਿਆਂ ਵਾ ਪਈ ਸਾਡੀ ਤਤਲਾ ਫੈਮਲੀ ਦਾ ਤਲਕ ਹਿੰਦੁਸਤਾਨ ਦੇ ਹਿੰਦੂ ਰਾਜਪੂਤ ਰਾਜਪਾਲਾਂ ਦੇ ਜਿਹਦੇ 18 ਪੁੱਤਰ ਸਨ ਉਹਨਾਂ ਵਿੱਚੋਂ ਇੱਕ ਦਾ ਨਾਮ ਜੰਜੂਆ ਸੀ ਜਿਦਾ ਸ਼ਿਜਰਾ ਇੰਜੇ ਰਾਜਾ ਸਹਿਪਾਲ ਦਾ ਪੁੱਤਰ ਜੰਜੂਏ ਦਾ ਪੁੱਤਰ ਜੇ ਲੂਆ ਤੇ ਜੰਜੂਏ ਦਾ ਪੁੱਤਰ ਮੂਲਾ ਤੇ ਮੂਲੇ ਦਾ ਪੁੱਤਰ ਅਰਜਨ ਤੇ ਅਰਜਨ ਦਾ ਪੁੱਤਰ ਭੀਲੋ ਤੇ ਭੀਲੋ ਦਾ ਪੁੱਤਰ ਸਤੋ ਤੇ ਸਤੋ ਦੇ ਤਿੰਨ ਪੁੱਤਰ ਸਾਰਨ ਮੇਗ ਰਾਣਾ ਹੋਏ ਨੇ ਤੇ ਅਗੋਂ ਸਾਰਨ ਦੇ ਪੁੱਤਰ ਰਜਾਦਾ ਬੱਲੋ ਦੌਲਾ ਤੇ ਟਾਲਾ ਹੋਏ ਨੇ ਇਹ ਜਿਆ ਜਿਹੜਾ ਤਤਲਾ ਹੈ ਉਹਨਾਂ ਨੇ ਇਹਦੇ ਬਾਰੇ ਚ ਲਿਖਿਆ ਅੱਗੇ ਜਾ ਕੇ ਮੁਹੰਮਦ ਜਿਆ ਤਤਲਾ ਆਖਦੇ ਨੇ ਵੀ ਬੜੀ ਖੋਜ ਕਰਕੇ ਇਹਨਾਂ ਦੇ ਮੁਸਲਮਾਨ ਹੋਣ ਦੀ ਵਜ੍ਹਾ ਵੀ ਨਹੀਂ ਲੱਭ ਸਕਿਆ ਪਰ ਇਹਨਾਂ ਪਤਾ ਲੱਗਿਆ ਵੀ 1347 ਈਸਵੀ ਵਿੱਚ ਫਿਰੋਜ਼ ਸ਼ਾ ਤੁਗਲਕ ਦੇ ਜ਼ਮਾਨੇ ਵਿੱਚ ਸਿਆਲਕੋਟ ਦੇ ਰਾਜਾ ਸੱਲ ਨੇ ਹਿੰਦੂਨੂ ਜੁਮੀਆਂ ਦੇ ਆਖਣ ਤੇ ਆਪਣਾ ਕਿਲਾ ਬਣਾਉਣ ਵੇਲੇ ਪੀਰ ਮੁਰਾਦੀਆ ਨੂੰ ਸ਼ਹੀਦ ਕਰਕੇ ਉਹਨਾਂ ਦਾ ਸਿਰ ਕਿਲੇ ਦੀ ਕੰਧ ਵਿੱਚ ਰੱਖ ਕੇ ਉਸਾਰੀ ਕਰ ਦਿੱਤੀ ਸੀ ਮੁਰ ਪੀਰ ਮੁਰਾਦੀਆ ਹੋਰਾਂ ਦੀ والدہ ਮਾਈ ਰਾਸਤੀਰੋਂ ਦੀ ਕਰਨਾਂਦੀ ਦਿੱਲੀ ਆਪਣੀ ਮੁਰ ਸੁਲਤਾਨ ਫਿਰੋਜ਼ ਸ਼ਾਹ ਤੁਗਲਕ ਜਿਹੜਾ ਲਸ਼ਕਰ ਲੈ ਕੇ ਸਿਆਲਕੋਟ ਵੱਲ ਨੂੰ ਨੱਠ ਪਿਆ ਇਸ ਜਹਾਦ ਵਿੱਚ ਸਹ ਲੈਣ ਲਈ ਰਾਹ ਵਿੱਚੋਂ ਵੀ ਕਈ ਲੋਕ ਉਸ ਲਸ਼ਕਰ ਦੇ ਨਾਲ ਰਲ ਗਏ ਇੰਗੀ ਤਤਲਾ ਖਾਨਦਾਨ ਦੇ ਵਡਕੇ ਵੀ ਉਸ ਲਸ਼ਕਰ ਨਾਲ ਹਿੰਦੁਸਤਾਨ ਦੇ ਜ਼ਿਲ੍ਹਾ ਸਹਾਰਨਪੁਰ ਵੱਲੋਂ ਸਿਆਲਕੋਟ ਨੂੰ ਆਏ ਅਤੇ ਸਿਆਲਕੋਟ ਦੀ ਯੂਏ ਇੱਕ ਜੰਗਲ ਦੇ ਵਿੱਚ ਉੱਚੀ ਥਾਂਵੇਂ ਇਹਨਾਂ ਨੇ ਡੇਰਾ ਲਾ ਲਿਆ ਮਗਰੋਂ ਉਹ ਆਬਾਦੀ ਜਿਹੜੀ ਹੈ ਪਿੰਡ ਬਣ ਗਈ ਜਿਹਦਾ ਨਾਂ ਤਤਲਾ ਖਾਨਦਾਨ ਦੇ ਬਜ਼ੁਰਗ ਸਹਾਰਨ ਦੇ ਨਾਂ ਤੇ ਉਤੇ ਰੱਖਿਆ ਗਿਆ ਅੱਗੇ ਲਿਖਿਆ ਹੈ ਕਿ ਉਸ ਜ਼ਮਾਨੇ ਵਿੱਚ ਨਾਰੋਵਾਲ ਅੰਦਰ ਸਿੱਖਾਂ ਦਾ ਜ਼ੋਰ ਸੀ ਅਤੇ ਉਹ ਰਾਜਪੂਤਾਂ ਦੇ ਜਾਨੀ ਦੁਸ਼ਮਣ ਸਨ ਕਿਸੇ ਨੇ ਉਹਨਾਂ ਨੂੰ ਇਹ ਦੱਸਿਆ ਇੱਥੇ ਆਉਣ ਤੋਂ ਬਾਅਦ ਤਤਲਾ ਖਾਨਦਾਨ ਨੂੰ ਵੀ ਤੁਸੀਂ ਜਨੂਆ ਰਾਜਪੂਤ ਨਾ ਸਦਾਇਓ ਨਹੀਂ ਤੇ ਸਿੱਖ ਤੁਹਾਨੂੰ ਕਤਲ ਕਰ ਦੇਣਗੇ ਇਸ ਲਈ ਡਰ ਦੇ ਮਾਰੇ ਜ਼ਬਾਨ ਤੋਂ ਤੋਤਲਾ ਹੋਣ ਪਰੋਂ ਤਤਲੇ ਸਿਧਾਨ ਲੱਗ ਪਏ ਇਹ ਸਾਰੀਆਂ ਉਹ ਗੱਲਾਂ ਨੇ ਜਿਨ੍ਹਾਂ ਨੂੰ ਪੜ ਕੇ ਸੁਣ ਕੇ ਹਾਸਾ ਆਉਂਦਾ ਮੂਲ ਸਿੱਖਾਂ ਨੇ ਇਹਨਾਂ ਨੂੰ ਮਾਰਨ ਠਾਇਆ ਤੇ ਤਤਲੇ ਮੂੜ ਸਿਕੰਦਰ ਲੋਧੀ ਦੇ ਰਾਜ ਸਮੇ 1517 ਤੋਂ ਪਰਤਕੇ ਸ਼ਾਹੀ ਫੌਜਾਂ ਦੇ ਨਾਲ ਇਸ ਯੂ ਵਿੱਚ ਆਏ ਅੱਗੇ ਵੀ ਇੱਕ ਕਹਾਣੀ ਲਿਖੀ ਹੋਈ ਹੈ ਜੋ ਸਾਡੇ ਮਤਲਬ ਦੀ ਨਹੀਂ ਮੁਹੰਮਦ ਜ਼ਿਆ ਤਤਲਾ ਹੋਰਾਂ ਨੂੰ ਸ਼ਾਇਦ ਬਾਬਾ ਗੁਰੂ ਨਾਨਕ ਹੋਰਾਂ ਦੇ ਜ਼ਮਾਨੇ ਦੀ ਯਾਨੀ 1469 ਤੋਂ ਲੈ ਕੇ 1538 ਤੱਕ ਦਾ ਪੀਰੀਅਡ ਹੈ حضرت ਬਾਬਾ ਗੁਰੂ ਨਾਨਕ ਜੀ ਦਾ ਉਹਦਾ ਪਤਾ ਨਹੀਂ ਸੀ ਇਸ ਲਈ ਉਹਨਾਂ 1347 ਵਿੱਚ ਨਾਰੋਵਾਲ ਦੀ ਯੂਏ ਸਿੱਖਾਂ ਨੂੰ ਜ਼ੋਰਾਂਵਾਰ ਬਣਾ ਦਿੱਤਾ ਅੱਗੇ ਇਸ ਤਾਰੀਖ ਵਿੱਚ ਤਤਲਾ ਜੱਟਾਂ ਦੇ ਇਹਨਾਂ 12 ਪਿੰਡਾਂ ਦੇ ਨਾਮ ਦੱਸੇ ਹੋਏ ਨੇ ਮੰਨ ਲਓ ਕਿ ਗੋਦਨ ਪੰਡੋਰੀ ਮੇਗ ਕਾਲਾ ਕਾਦਰ ਸ਼ਮਸ਼ੇਰਪੁਰ ਸਹਾਰਨ ਚੱਕ ਸਹਾਰਨ ਉਸਾਨ ਥਿੱਲੇ ਕਲਾਂ ਥਿੱਲੇ ਖੁਰਦ ਯਾਨੀ ਵੱਡੇ ਥਿੱਲੇ ਤੇ ਨਿੱਕੇ ਖਿੱਲੇ ਥਿੱਲੇ ਤੇ ਖੋਸਰ ਤੇ ਰਾਣਾ ਇਹ ਪਿੰਡ ਜਿਹੜੇ ਨੇ 12 ਇਹ ਤਤਲਿਆਂ ਦੇ ਪਿੰਡਾਂ ਦੇ ਨਾਂ ਲਿਖੇ ਹੋਏ ਨੇ। ਅ ਉਰਦੂ ਦੇ ਜੱਗ ਜਾਣੇ ਸ਼ਾਇਰ ਫੈਜ਼ ਮਨ ਫੈਜ਼ ਤਤਲਾ ਜੱਟ ਸਨ ਅਤੇ ਉਹ ਪਿੰਡ ਕਾਲਾ ਕਾਦਰ ਦੇ ਰਹਿਣ ਵਾਲੇ ਸਨ ਜਿਹੜਾ ਪਿੰਡ ਸਹਾਰਨ ਦੇ ਨਾਲ ਛੜਦੇ ਪਾਸੇ ਆ। ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਵੀ ਤਤਲਾ ਕਬੀਲਾ ਕਬਲ ਮਸੀਹ ਦਾ ਕਬੀਲਾ ਹੈ। ਇਹ سلسلے ਵਿੱਚ ਤੁਹਾਡੇ ਨਾਲ ਉਹ ਕੁਰਸੀ ਨਾਂ ਮਾਂ ਸਾਂਝਾ ਕਰਨਿਆ ਜੋ ਸਾਡੇ ਸਿੰਧੀ ਸੱਜਣ ਮੀਰਪੁਰ ਮਥੇਲੋ ਵਿੱਚ ਵਸਦੇ। ਆਰਿਆ ਡਾਕਟਰ ਲਾਲ ਬਖਸ਼ ਨਾਇਕ ਮੱਲੀ ਜੱਟ ਨੇ ਸਾਡੇ ਨਾਲ ਸਾਂਝਾ ਕੀਤਾ ਅ ਅਸੀਂ ਇਹ ਜਿਹੜਾ ਸ਼ਿਜਰਾ ਹੈ ਮਲਰਾਏ ਮੱਲੀ ਤੋਂ ਅੱਗੇ ਟੋੜਨੇ ਆ ਤੇ ਮਲਰਾਏ ਦੇ ਘਰ ਪੰਜ ਪੁੱਤਰ ਜੰਮੇ ਪੁੱਟਾ ਢਾਰ ਨਾਇਕ ਸ਼ਿਜਰਾ ਤੇ ਲੰਗਾ ਯਾਨੀ ਜਿਹੜਾ ਮੱਲੀ ਆ ਉਹਦੇ ਘਰ ਪੰਜ ਪੁੱਤਰ ਹੋਏ ਪੁੱਟਾ ਢਾਰ ਨਾਇਕ ਸ਼ਿਜਰਾ ਤੇ ਲੰਗਾ ਮੁਰ ਨਾਇਕ ਦੀ ਸਮਾਣੀ ਜਿਹੜੀ ਕੁੰਦਨ ਬਾਈ ਸੀ ਉਹ ਬੂੜ ਕਬੀਲਿਓਂ ਆਈ ਹੋਈ ਸੀ ਉਹਦੇ ਘਰ ਚਾਰ ਪੁੱਤਰ ਹੋਏ ਬੁੱচ্চਾ ਸੁਹਾਵਣ ਨੌਲ ਤੇ ਤੂੜ ਜਿਹੜਾ ਤੋਮਰਾ ਵੀ ਉਹਦਾ ਨਾਂ ਸੀ ਜਿਹੜਾ ਤੋਮਰਾ ਖਾਨਦਾਨ ਹੈ ਨਾਇਕ ਦੀ ਦੁੱਗੀ ਜਿਹੜੀ ਤਰੀਮਨ ਸੀ ਚੰਦਨ ਬਾਈ ਉਹ ਉਨੜ ਕਬੀਲਿਓਂ ਆਈ ਹੋਈ ਸੀ ਉਹਦੇ ਵਿੱਚੋਂ ਚਾਰ ਪੁੱਤਰ ਜਿਹੜੇ ਨੇ ਉਹ ਹੋਏ ਭੱਜਾ ਨਾਇਕ ਸੁਹਾਵੜਾ ਤੇ ਸੁਹਾਵਾ ਤੀਜੀ ਬੀਵੀ ਉਹਦੀ ਜੀ ਸਰਸਵਤੀ ਸੀ ਉਹਦਾ ਨਾਂ ਉਹ ਛਛਰ ਕਬੀਲਿਓਂ ਆਈ ਹੋਈ ਸੀ ਨਾਇਕ ਦੀ ਉਸ ਵੱਲ ਡਾਹਾ ਨੱਚ ਵੜਛਾ ਯਾਨੀ ਵੜਾਏ ਤੇ ਨਾਇਕ ਇਹ ਪੁੱਤਰ ਹੋਏ ਅੱਗੋਂ ਤੂਰ ਤੋਮਰਾ ਦੇ ਪੁੱਤਰ ਹੋਏ ਪਾਂਡੂ ਤਰਪਤ ਜਿਨ ਗਿਨੂੰ ਤਰਪਾ ਲਿਵੀ ਆਖਦੇ ਸਨ ਹੋਮਰ ਤਨਵਾਰ ਤੇ ਅਗੋਂ ਤਰਪਦੇ ਪੁੱਤਰ ਹੋਏ ਜਸਪਾਲ ਸੱਜੇਪਾਲ ਸੱਜੇਪਾਲ ਮਾਨਸਪਾਲ ਅਣਕਪਾਲ ਮੱਲਪਾਲ ਤੇ ਅਗੋਂ ਮੱਲਪਾਲ ਦੇ ਪੁੱਤਰ ਹੋਏ ਚਿੜਚੜਾਪਾਲ ਵਾਲੀਪਾਲ ਕਾਲੀਪਾਲ ਬੰਬੀਰਪਾਲ ਦੋਦਾਪਾਲ ਤਨੌਲਪਾਲ ਤੇ ਖਖਪਾਲ ਅਗੋਂ ਜਿਹੜੇ ਖਖਪਾਲ ਦੇ ਪੁੱਤਰ ਹੋਏ ਨੇ वीरपाल हरपाल बिरहुपाल कौड़ापाल राहुपाल रणपाल जिगरपाल रणपाल ਦਾ ਮਤਲਬ ਹੈ ਲੜਾਈ ਦਾ ਮੈਦਾਨ ਜਿੱਤਣ ਵਾਲਾ ਜਿਗਰਪਾਲ ਜਗਨਪਾਲ ਬੱਬਰਪਾਲ ਤੇ ਜਾਜਵਾ ਯਾਨੀ ਜੰਜੂਆ ਜਾਜਵਾ ਪਾਲ ਯਾਨੀ ਜੰਜੂਆ ਅਗੋਂ ਜਾਜਵਾ ਪਾਲ ਯਾਨੀ ਜੰਜੂਆ ਦੇ ਘਰ ਪੁੱਤਰ ਜੰਮੇ ਜੰਦੇਲਪਾਲ ਜੰਦਾਲਪਾਲ ਜੰਡੇਲਪਾਲ ਬੰਦੇਲਪਾਲ, ਵੀਰਪਾਲ, ਕਰੂਪਾਲ, ਤਤਲਾਪਾਲ, ਸਪਰਾਪਾਲ, ਜੋਧਾਪਾਲ, ਵੈਸਪਾਲ, ਰਾਂਗਾਪਾਲ, ਚਾਨਪਾਲ, ਬਾਠਪਾਲ, ਡੱਬਪਾਲ, ਫਾਗੜਪਾਲ, ਕੋਸੜਪਾਲ, ਕੈਂਗਪਾਲ, ਸਮਾਨੰਦਪਾਲ ਤੇ ਘੁੰਮਣਪਾਲ ਹੈ। ਤੋਂ ਇਥੋਂ ਇਹ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਸਪਰਾ ਕਬੀਲਾ ਜਿਹੜਾ ਉਹ ਵੀ ਫਿਰ ਘੁੰਮਣ ਕਬੀਲਾ ਐ ਜਿਹੜਾ ਤੇ ਇਹ ਹੋਰ ਹੈ ਜਿਹੜੇ ਸਾਰੇ ਦਸੇ ਨੇ ਵੈਸ ਇਹ ਸਾਰਾ ਜਿਹੜਾ ਮਤਲਬ ਇਹ ਉਹਨਾਂ ਦੀ ਨਸਲਾਂ ਇਹ ਇਹ ਸਾਰੇ ਕਬੀਲੇ ਨੇ ਔਰ ਤਤਲਾ ਕਬੀਲਾ ਉਹਨਾਂ ਦੇ ਵਿੱਚੋਂ ਔਰ ਬੰਦੇ ਦਾ ਨਾਂ ਤਤਲਾ ਸੀ ਇਹ ਕੋਈ ਜ਼ੁਬਾਨ ਤੋਂ ਤੋਤਲਾ ਨਹੀਂ ਸੀ ਜਾਂ ਕੋ ਥਥਿਆਂਦਾ ਨਹੀਂ ਸੀ ਅਗੋਂ ਤਤਲਾਪਾਲ ਦੇ ਘਰ ਪੁੱਤਰ ਜੰਮੇ ਪਹਿਲਾਂ ਅਸੀਂ ਦੱਸ ਦਈਏ ਵੀ ਤਤਲਾ ਦਾ ਮਹਿਨਾ ਕੀ ਹੁੰਦਾ ਹੈ ਕਿ ਰੰਗ ਪਰੰਗੇ ਰੰਗਾਂ ਵਾਲੀ ਤਿਤਲੀ ਜੋ ਚੇਤਰ ਮਹੀਨੇ ਵਿੱਚ ਉੱਡਦੀ ਹੈ ਉਹ ਉਸ ਤਿਤਲੀ ਨੂੰ ਪੋਪਟ ਵੀ ਆਖਦੇ ਨੇ ਉਹਨੂੰ ਤਤਲਾ ਆਖਦੇ ਨੇ ਤਤਲਾ ਦੇ ਘਰ ਪੁੱਤਰ ਹੋਏ ਜੀ ਨੰਗਰ ਤੇਤਰੀ ਟਾਟਰੀ ਤਲੌਤ ਵੰਡ ਤਲੂੰਡਾ ਸਾਬੂ ਸਬੀਰਾ ਮੰਬਾ ਲੱਦਾ ਤੇ ਵੱਦਾ ਇਹ ਜੀ ਤਤਲਾ ਦੇ ਸਾਰੇ ਪੁੱਤਰ ਸਨ ਤੇਤਰੀ ਜਿਹੜਾ ਇਹਨਾਂ ਦੇ ਵਿੱਚੋਂ ਉਹਦੀ ਔਲਾਦ ਬਹਾਵਲਪੁਰ ਗੋਟਕੀ ਤੇ ਇਹ ਇਲਾਕਿਆਂ ਵਿੱਚ ਵੱਸਦੀ ਏ ਟਾਟਰੀ ਦੀ ਔਲਾਦ ਬਦੀਨ ਵਿੱਚ ਟੰਡੂ محمد ਖਾਨ ਵਿੱਚ ਹైదరాబాద్ ਲਾੜਕਾਣਾ ਤੇ ਥਰ ਦੇ ਇਲਾਕਿਆਂ ਵਿੱਚ ਵੱਸਦੀ ਏ ਸਾਬੋ ਦੀ ਔਲਾਦ ਨੂੰ ਸਾਬੋ ਪੋਤਾ ਆਖਿਆ ਜਾਂਦਾ ਹੈ ਤੇ ਸਿੰਧ ਦੇ ਵਿੱਚ ਇਹਨਾਂ ਦੀ ਢੇਰ ਗਿਣਤੀ ਵਿੱਚ ਵੱਸਦੇ ਨੇ ਸਾਬਰਾ ਮੰਬਾ ਲੱਦਾ ਤੇ ਦੋਦਾ ਇਹਨਾਂ ਦੀ ਜਿਹੜੀ ਆ نسل ਹੈ ਇਹ ਸਿੰਧ ਤੇ بلوچستان ਦੇ ਵਿੱਚ ਵੱਸਦੀ ਏ ਤੋ ਪਿਆਰਿਓ ਇਹ ਜ਼ਿਕਰ ਸੀ ਤਤਲਾ ਜੱਟ ਕਬੀਲੇ ਦਾ ਜਿਹੜਾ ਤਤਲੇ ਖਾਨਦਾਨ ਦੇ ਇੱਥੇ ਪਿੰਡ ਜਿਹੜੇ ਨੇ 12 ਨੇ ਇੰਡੀਆ ਦੇ ਵਿੱਚ ਵੀ ਇਹਨਾਂ ਦੇ ਕਾਫੀ ਪਿੰਡ ਨੇ ਵੱਖ-ਵੱਖ ਥਾਵਾਂ ਦੇ ਉੱਤੇ ਤੇ ਚੜ੍ਹਦੇ ਪੰਜਾਬ ਦੇ ਵਿੱਚ ਤੇ ਸਿੰਧ ਦੇ ਵਿੱਚ ਜਿਸ ਤਰ੍ਹਾਂ ਸੰ ਦੱਸਿਆ ਕਿ ਤਤਲੇ ਦੇ ਜਿਹੜੇ ਪੁੱਤਰ ਨੇ ਉਹਨਾਂ ਦੀ ਹਾਲ ਔਲਾਦ ਜਿਹੜੀ ਹੈ ਉੱਥੇ ਵੱਸਦੀ ਹੈ ਤੋ ਇਹਦੇ ਨਾਲ ਹੀ ਸਾਨ ਬਾਜਵਾ ਨੂੰ ਇਜਾਜ਼ਤ ਦਿਓ ਬਾਬਾ ਬਾਜਵਾ ਚੈਨਲ ਤੋਂ ਤੇ ਜਿਉਂਦੇ ਵਾਸਤੇ ਸਿਰਫ ਉਹ ਖੁਸ਼ ਰਹੋ ਤੁਹਾਡੇ ਨਾਲ ਮਿਲਨੇ ਆ ਕਿਸੇ ਅਗਲੀ ਵੀਡੀਓ ਚ